ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨਾਲ ਸੀਟਾਂ ਨੂੰ ਲੈ ਕੇ ਕੋਈ ਵੀ ਵਿਵਾਦ ਨਹੀਂ ਸੀ, ਪਰ ਨਾਗਰਿਕਤਾ ਬਿੱਲ ਵਿੱਚ ਮੁਸਲਮਾਨਾਂ ਦੇ ਹੱਕਾਂ ਨੂੰ ਲੈ ਕੇ ਭਾਜਪਾ ਨਾਲ ਗੱਠਜੋੜ ਨਹੀਂ ਹੋਇਆ ਹੈ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਅੱਜ ਨਵਾਂਸ਼ਹਿਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਗੱਠਜੋੜ ਹਮੇਸ਼ਾ ਕਾਇਮ ਰਹੇਗਾ। ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਨੇ ਭਾਜਪਾ ਨੂੰ ਜੋ ਹਮਾਇਤ ਦਿੱਤੀ ਹੈ, ਇਹ ਸਾਡੇ ਮੁੱਦਿਆਂ ਦੀ ਸਾਂਝ ਹੈ। ਕਿ ਅਕਾਲੀ ਦਲ ਅਤੇ ਬੀਜੇਪੀ ਦਾ ਗਠਬੰਧਨ ਟੁੱਟਿਆ ਨਹੀਂ ਸੀ ਪਹਿਲਾਂ, ਤਾਂ ਜਦੋਂ ਦਾ ਬਣਿਆ ਹੋਇਆ ਗਠਬੰਧਨ ਉਵੇਂ ਦੇ ਕਦੇ ਵੀ ਉਹਦੇ 'ਚ ਤਰੇੜਨੀਆਂ ਹੀ ਨਾ ਟੁੱਟਿਆ। ਇਹ ਤਾਂ ਚੋਣ ਦਿੱਲੀ ਦੀ ਵਿਧਾਨ ਸਭਾ ਲੜਨ ਤੋਂ ਅਸੀਂ ਪਾਸੇ ਹਟੇ ਸੀ, ਕਿਉਂਕਿ ਉੱਥੇ ਸਾਡੇ CA ਦੇ ਮਤਲਬ ਦੇ ਵਿੱਚ ਥੋੜ੍ਹੇ ਜਿਹੇ ਸਿਧਾਂਤਕ ਤੌਰ 'ਤੇ ਮਤਭੇਦ ਨੇ, ਕਿਉਂਕਿ BJP ਟੋਟਲ CA ਦੇ ਹੱਕ 'ਚ ਆ, ਅਸੀਂ CA ਦੇ ਹੱਕ 'ਚ ਹਾਂ, ਪਰ ਨਾਲ ਅਸੀਂ ਸੁਝਾਅ ਵੀ ਦਿੰਦੇ ਹਾਂ ਵੀ ਉਹਦੇ 'ਚ ਮੁਸਲਮਾਨ ਭਰਾਵਾਂ ਨੂੰ ਵੀ ਸ਼ਾਮਿਲ ਕਰ ਲਿਆ ਜਾਵੇ ਜਦੋਂ ਨਾਗਰਿਕਤਾ ਦੇਣ ਦਾ ਮਸਲਾ, ਭਾਵੇਂ ਕਿਸੇ ਇੱਕ ਵੀ ਮੁਸਲਮਾਨ ਪਰਿਵਾਰ ਨੂੰ ਉਜਾੜਾ ਜਾਂ ਉੱਥੋਂ ਬਰਬਾਦੀ ਤਬਾਹੀ ਨਹੀਂ ਝੱਲਣੀ ਪਈ, ਨਾ ਅਫਗਾਨਿਸਤਾਨ ਤੋਂ ਨਾ ਪਾਕਿਸਤਾਨ ਤੋਂ, ਕੇਵਲ ਸਿੱਖ, ਈਸਾਈ, ਬੋਧੀ, ਜੈਨੀ, ਹਿੰਦੂ ਹੀ ਉਸ ਉਜਾੜੇ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੂੰ ਇਹ ਨਾਗਰਿਕਤਾ ਦਿੱਤੀ ਗਈ ਆ। ਭਾਰਤ ਦੇ ਭਾਵੇਂ 130 ਕਰੋੜ ਲੋਕਾਂ ਤੋਂ ਨਾ ਕੁਛ ਦਿੱਤਾ ਗਿਆ ਨਾ ਕੁਛ ਲਿਆ ਗਿਆ, ਇਹ ਜਿਹੜੇ ਉੱਧਰੋਂ ਬਾਹਰੋਂ ਆਏ ਆ ਉਹਨਾਂ ਲਈ ਆ ਇਹ CA। ਇਸ ਕਰਕੇ ਅਕਾਲੀ ਦਲ ਨੇ ਵੋਟ ਪਾਈ ਆ ਹੱਕ 'ਚ, ਪਰ ਨਾਲ ਸੁਝਾਅ ਵੀ ਜਿਹੜਾ ਦਿੱਤਾ ਵੀ ਮੁਸਲਮਾਨ ਸਾਹਿਬ ਪਾ ਦਿੱਤਾ ਜਾਵੇ ਜਿੱਥੇ ਦੂਜੇ ਧਰਮ ਪਾਏ ਆ, ਉਹਦੇ ਸਾਡਾ ਸਟੈਂਡ ਕਾਇਮ ਆ। ਉਹਦੇ 'ਤੇ ਥੋੜ੍ਹਾ ਜਿਹਾ ਸੀ, ਉਹ ਜਿਹੜੀ ਸੀ ਮਿਸਕਮਿਊਨੀਕੇਸ਼ਨ ਗੈਪ, ਉਹ ਦੂਰ ਹੋ ਗਿਆ। ਅਤੇ ਦੋ ਦੇਖੋ, ਸ਼੍ਰੋਮਣੀ ਅਕਾਲੀ ਦਲ ਇੱਕ ਬਹੁਤ ਵੱਡੀ ਵਿਰਾਸਤ ਅਤੇ ਵਿਰਸੇ ਦੀ ਮਾਲਕ ਆ। ਸ਼੍ਰੋਮਣੀ ਅਕਾਲੀ ਦਲ ਇੱਕ ਪ੍ਰੋਗਰਾਮ ਅਤੇ ਨੀਤੀ ਦੇ ਤਹਿਤ ਚੱਲਣ ਵਾਲੀ ਪਾਰਟੀ ਆ। ਸ਼੍ਰੋਮਣੀ ਅਕਾਲੀ ਦਲ ਇਹ ਨਹੀਂ ਹੈ ਵੀ ਕੁਛ ਵਿਅਕਤੀਆਂ ਦਾ ਇਕੱਠ ਆ, ਸ਼੍ਰੋਮਣੀ ਇੱਕ ਅਕਾਲੀ ਦਲ ਇੱਕ ਵਿਚਾਰਧਾਰਾ 'ਤੇ ਖੜ੍ਹੀ ਪਾਰਟੀ ਆ। ਸੋ ਇਸ ਕਰਕੇ ਮੈਂ ਸਮਝਦਾ ਕਿ ਠੀਕ ਆ, ਹਰ ਲੀਡਰ ਦੀ, ਹਰ ਵਰਕਰ ਦੀ ਪਾਰਟੀ 'ਚ ਲੋੜ ਹੁੰਦੀ ਆ ਅਤੇ ਜਾਣ ਨਾਲ ਫਰਕ ਵੀ ਪੈਂਦਾ, ਪਰ ਨਾਲ ਇਹ ਵੀ ਹੈ ਵੀ ਪਾਰਟੀਆਂ ਜਿਹੜੀਆਂ ਨੇ ਉਹ ਅੱਗੇ ਚੱਲਦੀਆਂ ਰਹਿੰਦੀਆਂ ਨੇ, ਮਜ਼ਬੂਤ ਹੁੰਦੀਆਂ ਰਹਿੰਦੀਆਂ ਨੇ ਸੰਘਰਸ਼ਾਂ 'ਚੋਂ। ਇਸੇ ਕਰਕੇ ਅਕਾਲੀ ਦਲ ਨੇ ਅੱਜ, ਮੈਂ ਸਮਝਦਾ ਵੀ ਭਾਵੇਂ ਵਿਰੋਧੀ ਧਿਰ ਦਾ ਰੋਲ ਕਾਨੂੰਨੀ ਤੌਰ 'ਤੇ ਆਪ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਦਿੱਤਾ, ਪਰ ਜਿੰਨੇ ਵੀ ਪੰਜਾਬ ਦੇ ਮਸਲੇ ਨੇ, ਪੰਜਾਬ ਦੇ ਪਾਣੀਆਂ ਦੀ ਗੱਲ ਆ, ਪੰਜਾਬ ਦੇ ਪਾਣੀਆਂ ਲਈ ਅਕਾਲੀ ਦਲ ਲੜਿਆ ਲੋਕ ਸਭਾ ਦੇ ਵਿੱਚ, ਰਾਜ ਸਭਾ ਦੇ ਵਿੱਚ, ਜਿਹੜਾ ਹੁਣ ਬਿੱਲ ਲਿਆਂਦਾ ਜਾ ਰਿਹਾ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ, ਅਤੇ ਕੇਵਲ ਅਕਾਲੀ ਦਲ ਬੋਲਿਆ, ਸਭ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਤਾਂ ਹੁਣ ਇਸ਼ੂ ਉਠਾਇਆ। ਅਕਾਲੀ ਦਲ ਨੇ ਜਿਹੜੇ ਜਲ ਸ਼ਕਤੀ ਮੰਤਰੀ ਨੇ ਭਾਰਤ ਸਰਕਾਰ ਦੇ, ਉਹਨਾਂ ਨੂੰ ਮਿਲ ਕੇ ਰਾਜ ਸਭਾ ਵਿੱਚ ਉਸ ਟਾਈਮ ਪਾਸ ਹੋਣ ਤੋਂ ਰੋਕਿਆ ਬਿੱਲ, ਅਤੇ ਹੁਣ ਵੀ ਅਸੀਂ ਕਹਿੰਦੇ ਹਾਂ ਵੀ ਜਿੰਨੀ ਦੇਰ ਤੱਕ ਨੈਸ਼ਨਲ ਵਾਟਰ ਟ੍ਰਿਬਿਊਨਲ ਦਾ ਜਿਹੜਾ 12ਵੀਂ ਕਲਾਸ ਆ, ਜਿੰਨੀ ਦੇਰ ਉਹ ਡਿਲੀਟ ਨਹੀਂ ਹੁੰਦੀ, ਜਿੰਨੀ ਦੇਰ 12ਵੀਂ ਕਲਾਸ ਦੀ ਸੋਧ ਨਹੀਂ ਹੁੰਦੀ ਜਿਹਦੇ ਤਹਿਤ ਹੁਣ ਤੱਕ ਕਮਿਸ਼ਨਾਂ ਦੇ ਕੀਤੇ ਫੈਸਲਿਆਂ ਨੂੰ ਦਰੁਸਤ ਮੰਨਿਆ ਗਿਆ, ਉੱਨੀ ਦੇਰ ਅਕਾਲੀ ਦਲ ਕਿਸੇ ਵੀ ਕੀਮਤ 'ਤੇ ਉਹ ਬਿੱਲ ਪਾਸ ਨਹੀਂ ਹੋਣ ਦਏਗਾ, ਸਖ਼ਤ ਵਿਰੋਧ ਕਰੇਗਾ, ਔਰ ਕਿਸੇ ਵੀ ਹੱਦ ਤੱਕ ਜਾ ਸਕਦਾ ਅਕਾਲੀ ਦਲ, ਪਰ ਪੰਜਾਬ ਦੇ ਪਾਣੀਆਂ ਦਾ ਇਹ ਉਜਾੜਾ ਨਹੀਂ ਹੋਣ ਦਿੱਤਾ ਜਾਏਗਾ। ਹੈ ਇਹ ਤਾਂ ਪਹਿਲਾਂ ਤਾਂ ਇਕੱਠੇ ਲੜਦੇ ਰਹੇ ਹਾਂ, ਅਤੇ ਹੁਣ 2022 'ਚ ਕਿਹੜੇ ਕੋਈ ਨਵੀਂ ਗੱਲ ਆ, ਅਤੇ ਇਸ ਤਰ੍ਹਾਂ ਦੀ ਕੋਈ ਪ੍ਰਸਥਿਤੀ ਨਹੀਂ ਹੈ ਵੀ ਅਲੱਗ ਅਲੱਗ ਲੜਨਗੇ, ਅਤੇ ਫਿਰ ਵੈਸੇ ਵੀ 2022 ਤਾਂ ਅਜੇ ਬਹੁਤ ਟਾਈਮ ਆ, ਅਜੇ ਤਾਂ ਪੰਜਾਬ ਦੇ ਹੋਰ ਮੁੱਦੇ ਬਹੁਤ ਨੇ ਜਿਨ੍ਹਾਂ 'ਤੇ ਸ਼੍ਰੋਮਣੀ ਅਕਾਲੀ ਦਲ ਲਾਮਬੰਦੀ ਕਰ ਰਿਹਾ। ਦੇਖੋ, ਬਹੁਤ ਵੱਡਾ ਸਕੈਂਡਲ ਹੋਇਆ ਬਿਜਲੀ ਦੇ ਬਾਅਦ, ਬਿਜਲੀ ਦੇ ਵਿੱਚ 4,100 ਕਰੋੜ ਰੁਪਈਏ ਦਾ ਚੂਨਾ ਕੇਵਲ ਸਰਕਾਰ ਦੀ ਲਾਪਰਵਾਹੀ ਅਤੇ ਨਲਾਇਕੀ ਕਰਕੇ ਲੱਗ ਗਿਆ ਸੀ, ਨਹੀਂ ਕਹਿੰਦੇ, ਜਾਖੜ ਸਾਹਿਬ ਖੁਦ ਕਹਿ ਰਹੇ ਨੇ, ਬਾਜਵਾ ਸਾਹਿਬ ਖੁਦ ਕੋਸ ਰਹੇ ਨੇ, ਜਦੋਂ ਮੀਟਿੰਗ ਸੱਦੀ ਆ ਹੁਣ ਮੁੱਖ ਮੰਤਰੀ ਸਾਹਿਬ ਨੇ,
ਮੁੱਖ ਮੰਤਰੀ ਸਾਹਿਬ ਨੂੰ ਹੁਣ ਤਾਂ ਜਵਾਬ ਦੇਣਾ ਪਏਗਾ, ਅਸੀਂ CBI ਦੀ ਇਨਕੁਆਇਰੀ ਮੰਗੀ ਹੈ। ਜੇ ਸਰਕਾਰ ਨੇ CBI ਦੀ ਇਨਕੁਆਇਰੀ ਨਾ ਲਾਈ ਤਾਂ ਅਦਾਲਤ ਵਿੱਚ ਵੀ ਸਾਨੂੰ ਜਾਣਾ ਪਏਗਾ, ਕਿਸੇ ਵੀ ਹੱਦ ਤੱਕ ਅਕਾਲੀ ਦਲ ਜਾਏਗਾ। ਨਵਾਂਸ਼ਹਿਰ ਤੋਂ ਸੁਖਜਿੰਦਰ ਸਿੰਘ ਸੁੱਖਾ ਦੀ ਰਿਪੋਰਟ, ਪੰਜਾਬ ਟੂਡੇ।